ਆ ਜਿੰਨੇ ਆਸ਼ਿਕ ਮਜ਼ਾਜ ਲੋਕ ਨੇ ਨਾ ਅੱਜ ਉਹਨਾਂ ਬਾਰੇ ਇੱਕ ਬੜਾ ਇੱਕ ਸੋਸ਼ਲ ਮੀਡੀਆ ਦੀ ਵੀਡੀਓ ਜਿਹੜੀ ਜ਼ੀਨਤ ਬਣੀ ਹੋਈ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਤਾਂ ਕਿ ਨਾ ਜਿੰਨੇ ਵੀ ਉਹ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਲਾਈਟ ਲੈਂਦੇ ਨੇ ਅਤੇ ਜਿਹੜਾ ਨਾ ਅੱਖਾਂ ਬੰਦ ਕਰਕੇ ਮਾਮਲਤ ਕਰਦੇ ਨੇ ਨਾ ਥੋੜ੍ਹਾ ਜਿਹਾ ਉਹਨਾਂ 'ਤੇ ਇਹ ਜ਼ਰੂਰ ਇਹ ਪੈਗਾਮ ਪਹੁੰਚਣਾ ਚਾਹੀਦਾ। ਹੋਇਆ ਕੀ ਭਲਾ, ਹੋਇਆ ਇਹ ਹੈ ਕਿ ਗੁਜਰਾਂਵਾਲੇ ਦਾ ਮੁੰਡਾ ਅਤੇ ਨਨਕਾਣਾ ਸਾਹਿਬ ਦੀ ਕੁੜੀ ਹੈ, ਉਹਨਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਹੈ, ਟਾਂਕਾ ਫਿੱਟ ਹੁੰਦਾ ਅਤੇ ਉਹ ਜਨਾਬ ਜਿਹੜਾ ਨਾ ਇੱਕ ਦਿਨ ਟਾਈਮ ਬਣ ਜਾਂਦਾ, ਟਾਈਮ ਬਣਦਾ ਤਾਂ ਜਨਾਬ ਉਰੀ ਗੁਜਰਾਂਵਾਲੇ ਤੋਂ ਮੋਟਰਸਾਈਕਲ ਛਿੱਕਦੇ ਨੇ ਤਾਂ ਨਨਕਾਣਾ ਸਾਹਿਬ ਪਹੁੰਚ ਜਾਂਦੇ ਨੇ, ਨਨਕਾਣਾ ਸਾਹਿਬ ਪਹੁੰਚ ਕੇ ਨਾ ਜਨਾਬ ਉਰੀ ਰਾਤ ਨੂੰ ਉਹਦੇ ਘਰ ਚਲੇ ਜਾਂਦੇ, ਬਿਲਾ ਝਿਜਕ ਬੇਧੜਕ ਹੋ ਕੇ ਜਨਾਬ ਉਰੀ ਕਮਰੇ ਬੈੱਡਰੂਮ ਵਿੱਚ ਪਹੁੰਚ ਜਾਂਦੇ ਨੇ। ਬੈੱਡਰੂਮ ਵਿੱਚ ਪਹੁੰਚਣ ਤੋਂ ਬਾਅਦ ਨਾ ਕੁੰਡੀ ਖੜਕਦੀ ਅਤੇ ਜਨਾਬ ਜਿਹੜੇ ਆਸ਼ਿਕ ਸਾਹਿਬ ਨੇ ਉਹ ਜਨਾਬ ਉਹਨਾਂ ਨੂੰ ਥੋੜ੍ਹਾ ਜਿਹਾ ਨਾ ਉਹ ਬੀਬੀ ਜਿਹੜੀ ਸੀ ਉਹਨਾਂ ਨੂੰ ਥੋੜ੍ਹਾ ਜਿਹਾ ਤਹਫ਼ਜ਼ ਦੇ ਕੇ ਉਹਨੂੰ ਕਹਿੰਦੀ ਕੋਈ ਗੱਲ ਨਹੀਂ ਅੱਲਾ ਖੈਰ ਕਰੇਗਾ, ਮੇਰਾ ਮੀਆਂ ਅਤੇ ਮੈਂ ਉਹਨੂੰ ਸੰਭਾਲ ਲੈਂਦੀ ਹਾਂ। ਉਹ ਜਨਾਬ ਬਾਹਰ ਨਿਕਲਦੀ ਹੈ ਅਤੇ ਮੀਆਂ ਹੋਰੀ ਅੰਦਰ ਆ ਜਾਂਦੇ ਨੇ, ਮੀਆਂ ਨਾਲ ਇੱਕ ਹੋਰ ਮੁੰਡਾ ਵੀ ਹੁੰਦਾ, ਉਹਨਾਂ ਨੇ ਜਨਾਬ ਕੀ ਕੀਤਾ ਕੈਮਰੇ ਔਨ ਕਰ ਲੈਣ, ਕੈਮਰੇ ਔਨ ਕਰਨ ਦੇ ਨਾਲ ਜਿਹੜਾ ਉਹਨਾਂ ਨੇ ਉਹਨੇ ਕੋਈ ਪੁੱਛਿਆ ਦੱਸਿਆ ਹਾਂ ਵੀ ਕਿਹਦੇ, ਉੱਥੇ ਆਸ਼ਿਕ ਸਾਹਿਬ ਦੀ ਆਵਾਜ਼ ਨਿਕਲ ਜਾਂਦੀ ਹੈ। ਆਸ਼ਿਕ ਸਾਹਿਬ ਆਉਂਦੇ ਨਹੀਂ ਜੀ ਇਹ ਬੀਬੀ ਮੇਰੀ ਭੈਣ ਹੈ, ਉਹ ਭੈਣ ਹੈ ਤੇਰੀ, ਤੂੰ ਰਾਤੀ ਕੀ ਲੈਣਾ ਆ, ਉਹਨੂੰ ਗਾਲੀ ਗਲੋਚ ਕਰਦੇ ਨੇ, ਸਾਰੇ ਮਾਮਲਾ ਧੋਂਦੇ ਨੇ। ਫਿਰ ਕੀ ਹੁੰਦਾ, ਉਹ ਜਿਹੜਾ ਉਹਦਾ ਮੀਆਂ ਹੁੰਦਾ ਉਹ ਜਨਾਬ ਉਹਦੇ ਨਾਲ ਉਹ ਯਮਨ ਪਤੀਤਾ ਕਰ ਦਿੰਦਾ, ਠੀਕ ਹੈ। ਉਹ ਜਦੋਂ ਇਹ ਸਾਰੇ ਮਾਮਲੇ ਕਰਦੇ ਨੇ ਉਹ ਫਿਰ ਹਟ ਕੇ ਉਹ ਜਿਹੜਾ ਉਹਦਾ ਦੋਸਤ ਹੈ ਉਹ ਵੀ ਉਹਦੇ ਨਾਲ ਕਰਦਾ, ਵੀਡੀਓ ਬਣਾਉਂਦੇ ਰਹਿੰਦੇ ਨੇ ਸਾਰੀਆਂ ਚੀਜ਼ਾਂ। ਬਾਅਦ ਵਿੱਚ ਜਿਹੜਾ ਨਾ ਉਹ ਇਹ ਮਾਮਲਾ ਪੁਲਿਸ ਕੋਲ ਪਹੁੰਚਦਾ ਅਤੇ ਪੁਲਿਸ ਜਿਹੜਾ ਉਹ ਫਿਰ ਮੀਆਂ ਦੇ ਬਾਰੇ ਜਿਹੜਾ ਉਹ ਐੱਫ ਆਈ ਆਰ ਕੱਢਦੇ ਨੇ। ਮਕਸਦ ਗੱਲ ਸੁਣਾਉਣ ਦਾ ਪਤਾ ਕੀ ਹੈ ਕਿ ਜਿੰਨੇ ਵੀ ਤੁਸੀਂ ਬੇਧੜਕ ਆਸ਼ਕ ਇਹ ਜਨਾਬ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਨਾ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਤੋਂ ਸਬਕ ਸਿੱਖੋ, ਅਤੇ ਇਸ ਤੋਂ ਪਹਿਲੇ ਕਿ ਤੁਸੀਂ ਕਿਸੇ ਦੇ ਘਰ ਜਾ ਕੇ ਜ਼ਿਆਦਤੀ ਕਰੋ ਤੁਹਾਡੇ ਨਾਲ ਵੀ ਹੋ ਸਕਦੀ। ਅਤੇ ਉਮੀਦ ਕਰਦਾ ਇਹ ਜਿਹੜਾ ਪੈਗਾਮ ਹੈ ਨਾ ਤੁਹਾਨੂੰ ਚੰਗਾ ਲੱਗਿਆ, ਉਸ ਇਹਨੂੰ ਸ਼ੇਅਰ ਕਰੋ, ਆਪਣੀ ਰਾਏ ਦਾ ਇਜ਼ਹਾਰ ਦਿਓ। ਅੱਲਾ ਦੇ ਨਿਮਾ।